ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਤੁਹਾਨੂੰ ਸਾਰੇ ਅਨੁਸਾਸਤਿਕਾਲ ਜੀ ਤੇ ਅੱਜ ਆਪਾਂ ਤੁਹਾਡੇ ਲਈ ਮੈਂਦੀ ਬਲੌਗ ਲੈ ਕੇ ਆਇਆ ਆਪਣੀ ਜੁਗਲ ਜੋੜੀ ਦਾ ਦੇਖ ਸਕਦੇ ਹੋ ਤੁਸੀਂ ਆਪਾਂ ਇਹਨੇ ਗ੍ਰੀਨ ਕਲਰ ਦੀ ਡਰੈਸ ਚੁਸ ਕੀਤੀ ਆਪਾਂ ਇਹ ਜਵੈਲਰੀ ਚੁਸ ਕੀਤੀ ਆ ਤੇ ਰਾਜੇ ਸਾਈਨ ਇਹ ਸਟਾਈਲ ਜਿਹੜੀ ਲੈਸ ਹੁੰਦੀ ਆ ਆਪਾਂ ਉਸ ਨਾਲ ਡਰੈਸ ਬਣਾਈ ਸੀਗੀ ਇਹ ਡਰੈਸ ਤੁਸੀਂ ਅੱਗੇ ਕਿਸ ਇੱਕ ਵੀਡੀਓ ਚ ਦੇਖ ਚੁੱਕੇ ਹੋਣੇ ਆ ਇਹਦਾ ਸ਼ਿੰਗਾਰ ਕੀਤਾ ਹੋਇਆ ਇਸ ਡਰੈਸ 'ਚ ਚੈਨਲ ਤੇ ਵੀਡੀਓ अवेलेबल ਹੈ ਤਾਂ ਤੁਸੀਂ ਚੈੱਕ ਕਰ ਸਕਦੇ ਆਂ ਹਾਂਜੀ ਉਹ ਇਹਨਾਂ ਦਾ ਤੀਂ ਸ਼ਿੰਗਾਰ ਸੀਗਾ ਉਹ ਤੁਸੀਂ ਦੇਖ ਸਕਦੇ ਆਂ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਹੱਥ ਤੇ ਹੈ ਨਾ ਜਿੱਦਾਂ ਜਿੱਦਾਂ ਕਹਿੰਦੇ ਆ ਤਿਲਕ ਟਾਈਪ ਮਹਿੰਦੀ ਕਿ ਮੰਗੂ ਲਾ ਦਿੱਤਾ ਹੈ ਕਿਉਂਕਿ ਮੈਂ ਆਪਣੀ ਜਿਹੜੀ ਆਈਡਲ ਹੈ ਬਹੁਤ ਸੇਫ ਰੱਖਦਾ ਇਹਨਾਂ ਨੂੰ ਇਸ ਕਰਕੇ ਆਪਾਂ ਮਹਿੰਦੀ ਜੂਸ ਨਹੀਂ ਕਿ ਤੇ ਨਾਲ ਦੇ ਉੱਤੇ ਉਦਾਂ ਸਾਨੂੰ ਮਹਿੰਦੀ ਦਾ ਬਲੌਗ ਸ਼ੇਅਰ ਕੀਤਾ ਤੇ ਜਦੋਂ ਉਹਨਾਂ ਦੇ ਹੱਥੀ ਦਾ ਤੇ ਮਹਿੰਦੀ ਦਾ ਰੈੱਡ ਕਲਰ ਦੀ ਹੁੰਦੀ ਆ ਆਪਾਂ ਬਸ ਉਦੇਜ ਬਣਾਈ ਆ ਤੇ ਆਪ ਮਹਿੰਦੀ ਦਾ ਸ਼ਗਨ ਕਰਤਾ ਆ ਓਕੇ ਆ ਬਾਕੀ ਸਾਰੀ ਆਪ ਡੈਕੋਰੇਸ਼ਨ ਕੀਤੀ ਹੋਈ ਆ ਪਿੱਛੇ ਇਸ ਤਰ੍ਹਾਂ ਜਿੱਥੇ ਆਪ ਇੱਕ ਪਾਂਹ ਸਟਿੱਕਾਈ ਹੋਈ ਹੈ ਜਿਹੜੀ ਤੁਹਾਨੂੰ ਅੱਗੇ ਸ਼ੇਅਰ ਕੀਤੀ ਗਈ ਹੋਈ ਹੈ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੀ ਮਹਿੰਦੀ ਦੀ ਰਸਮ ਕੀਤੀ ਆ ਪੂਰੀ ਤੇ ਇੱਥੇ ਆਪਾਂ ਰੋਜ਼ ਪੈਟਲ ਸੱਕੀਆਂ ਹੋਈਆਂ ਆ ਔਰ ਇਹ ਵਾਰ ਚ ਦੇ ਸਕਦੇ ਨੇ ਤੁਸੀਂ ਜਿਨੂੰ ਉਹਲੀ ਡੈਕੋਰੇਟ ਕਰ ਦਿੰਦੇ ਆ ਤੇ ਇਹ ਆਪਣੇ ਠਾਗੋ ਜੀ ਤੇ ਕੁਝ ਇਸ ਤਰ੍ਹਾਂ ਲੱਗ ਰਾਇਆ ਤੇ ਜਿਹੜੀ ਤੁਹਾਨੂੰ ਮੈਂ ਸ਼ੇਅਰ ਕੀਤੀ ਹੋਈ ਹੈ ਡੀਆਈਵਾਈ ਹੀ ਆ ਅੱਗੇ ਬਸ ਬੜਾ ਕੇ ਨਹੀਂ ਸਮਝਾਉਂਦਾ ਖਾਈ ਹੁੰਦਾ ਇਹ ਡੀਆਈਵਾਈ ਹੀ ਆ ਜਰਾ ਥੋੜਾ ਸਿੰਪਲ ਜਿਹਾ ਸ਼ਿੰਗਾਰ ਰੱਖਿਆ ਮੈਂ ਥੋੜਾ ਮਹਿੰਦੀ ਦਾ ਉਹ ਜਿਆਦਾ ਹੈਵੀ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਜਿਹੜਾ ਬੈਟਿੰਗ ਲੋਕ ਉਹਨਾਂ ਦਾ ਥੋੜਾ ਖੇਡ ਕੇ ਆਵੇ ਇਸ ਕਰਕੇ ਕਿ ਪਹਿਲਾਂ ਹੀ ਨਹੀਂ ਮੈਂ ਥੋੜਾ ਜਿਆਦਾ ਸ਼ਿੰਗਾਰ ਹੈਵੀ ਕੀਤਾ ਤੋ ਦੇਖਿਆ ਹਣ ਹਾਲ ਦੇ ਸ਼ਿੰਗਾਰ ਵੀ ਠੀਕ ਠੀਕ ਸੀ ਮੀਡੀਅਮ ਸੀ ਤੇ ਆਪਾਂ ਪੂਰੀ ਡੈਕੋਰੇਸ਼ਨ ਕੀਤੀ ਹੈ ਸਾਈਡ ਤੇ ਆਪਾਂ ਫਲਾਵਰ ਪੋਟ ਕਾਇਆ ਤੁਸੀਂ ਬੰਦਰ ਤੇ ਦੇਖਿਆ ਜੁਨਾ ਇਹ ਤੇ ਕਾਰਪਟ ਦੇ ਉੱਤੇ ਆਪਾਂ ਪੂਰੀ ਡੈਕੋਰੇਸ਼ਨ ਕੀਤੀ ਪਈ ਹੈ ਤੇ ਠਾਕੁਰ ਜੀ ਇਸ ਸਟੇਜ ਤੇ ਬਹੁਤ ਸੋਹਣੇ ਲੱਗ ਰਹੇ ਆ ਦੇਖ ਸਕਦੇ ਹੋ ਤੁਸੀਂ ਐਸ ਐਸ ਨਾ ਕੋਰਤਾ ਨਹੀਂ ਹੈਗਾ ਪਟਕਾ ਤੇ ਧੋਤੀ ਹੈ ਜੋ ਕਿ ਐਸ ਮੌਸਮ ਦੇ ਹਿਸਾਬ ਨਾਲ ਠੀਕ ਹੈ ਇਹਨਾਂ ਲਈ ਮੈਂ ਥੋੜੀ ਜੀ ਲੱਗੀ ਕਿ ਤੇ ਬਿਸਤਰਾ ਸਾਡਾ ਜਿਹੜਾ ਇਹਨਾਂ ਦਾ ਉਹ ਸ਼ੇਅਰ ਕੀਤਾ ਹੋਇਆ ਹੈ ਅੱਗੇ ਕਿੰਨੀਆਂ ਵੀਡੀਓ ਤੁਸੀਂ ਦੇਖ ਚੁੱਕੇ ਹਾਂ ਤੇ ਉੱਤੇ ਆਪਾਂ ਰਾਧਾ ਕਿਸ਼ਨ ਲਿਖਿਆ ਹੋਇਆ ਹੈ ਤੇ ਮੋਰ ਪੀਕਾਕ ਬਣਾਇਆ ਆ ਤੇ ਇਹ ਹੈਗੇ ਆਪਣੇ ਕਾਰਟਨ ਪਿੱਛੇ ਲਾਏ ਹੋਏ ਇਸ ਆਪਾਂ ਡੈਕੋਰੇਸ਼ਨ ਕੀਤੀ ਆ ਤੇ ਗ੍ਰੀਨ ਲੁੱਕ ਦਿੰਦਾ ਸਾਰਾ ਚੀਜ਼ਾਂ ਨੂੰ ਗ੍ਰੀਨ ਤੇ ਬਲੂ ਕੰਬੀਨੇਸ਼ਨ ਚ ਤੇ ਆਪਣੇ ਠਾਕੁਰ ਜੀ ਦੀ ਮਹਿੰਦੀ ਐਸੀ ਤਰ੍ਹਾਂ ਪੂਰੀ ਹੁੰਦੀ ਆ। ਜਾਂ ਦੇਖਤਾ ਜੇ ਆਪਾਂ ਤਿਲਕ ਦੇਖ ਸਕਦੇ ਨੇ ਤੁਸੀਂ ਕੀਤਾ ਹੋਇਆ ਹੈ ਉਹਨਾਂ। ਤਿਲਕ ਕਹ ਲਓ ਡਾਟ ਕਹ ਲਓ ਬਸ ਅਜਿਹਾ ਤਿਲਕ ਤਾਂ ਆਪਾਂ ਮੱਥੇ ਤੇ ਕਰੀ ਰਾਇਆ ਤੁਸੀਂ ਡਾਟ ਕਹ ਲਓ। ਬਟ ਡਾਟ ਲਗਾਏ ਹੋਇਆ ਹੱਥਾਂ ਤੇ। ਹਾਂ ਜੀ ਸਾਨੂੰ ਇਹਨਾਂ ਦਾ ਐਗਜ਼ੈਕਟ ਸਾਈਜ਼ ਆਜਮਾ। ਇਹ ਦਾ ਸੈਂਚ ਸਾਈਜ਼ ਦੀ ਆਇਡਲ ਹੈ। දේගෙරි ම දුොරුගදදි අයටට ඕ පාංජංචි සයිසිය.ටිකි සැන පුච්චාසික ඕනන් න්න.